ਹੋਇਆ ਅਕਾਲ ਤਖ਼ਤ ਤੇ ਤੋਪਾਂ ਦੇ ਟੈਂਕਾਂ ਨਾਲ ਹਮਲਾ ਕਰਤਾ, ਬੇਕਸੂਰ ਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ, ਤਾਂ जी ਉਦੋਂ ਉਹਨਾਂ ਦੇ ਜਬੇ ਬਾਣ ਲੱਗ ਗਏ, ਤਬੇ ਰੋਸ ਜਾ ਕੇ। खराब होया सी वाकई जा किसी होर किसी वजह करने रुके गए। ਉਹੀ ਤਾਂ ਉਹੀ ਦੱਸ ਸਕਦੇ, ਅਸੀਂ ਕਿਹੜੇ ਉੱਥੇ ਸੀਗੇ ਕਿ ਅਸੀਂ ਦੱਸ ਸਕੀਏ ਕਿ ਉੱਥੇ ਉਹ ਖਰਾਬ ਹੋਇਆ ਸੀ ਜਾਂ ਨਹੀਂ ਹੋਇਆ ਸੀਗਾ। ਪਰ ਜੋ ਮੀਡੀਆ ਦੇ ਵਿੱਚ ਖਬਰ ਨਸਰ ਹੋਈ, ਅਸੀਂ ਤਾਂ ਉਹੀ ਸਾਂਝੀ ਕਰ ਸਕਦੇ ਹਾਂ ਨਾ। ਹਾਂ, ਉਹੀ ਨਿਊਜ਼ ਦੀ ਮੈਂ ਗੱਲ ਕਰ ਰਿਹਾ ਕਿ ਜੋ ਉਹਨਾਂ ਦਾ ਜੋ ਗੱਲਬਾਤ ਹੋਈ ਆ, ਇਹ ਤਾਂ ਉਹੀ ਦੱਸ ਸਕਦੇ ਹਾਂ। ਪਰ ਜੋ ਨਿਊਜ਼ਾਂ ਦੇ ਵਿੱਚ ਆ ਰਿਹਾ, ਇਹ ਮੈਂ ਸਮਝਦਾ ਤਲਖੀ ਮਾੜੀ ਆ ਦੋਨਾਂ ਦੇਸ਼ਾਂ ਵਾਸਤੇ। ਮੁਸਲਮਾਨ ਦਾ ਹੋਵੇ, ਕਿਸੇ ਦਾ ਵੀ ਹੋਵੇ, ਹੈ ਤਾਂ ਇਨਸਾਨੀਅਤ ਦਾ ਕਤਲ ਆ ਨਹੀਂ ਨਾ ਸਿੰਘ ਸਾਹਿਬ ਜੀ, ਤੁਸੀਂ ਗੱਲ ਨੂੰ ਸਪਸ਼ਟ ਲੱਗਦਾ ਨਹੀਂ ਕਰ ਰਹੇ ਹੋ। ਜੀ। ਦੱਸੋ ਕਿਹੜੀ ਸਪਸ਼ਟ ਚਾਹੁੰਦੇ ਤੁਸੀਂ? ਸਪਸ਼ਟ ਮਤਲਬ ਕਿ ਜਿਸ ਤਰੀਕੇ ਦੇ ਨਾਲ ਸਿੱਖਾਂ ਦਾ ਕਤਲ ਹੋ ਰਿਹਾ ਹੈ ਪੂਰੇ ਵਰਲਡ ਦੇ ਵਿੱਚ, ਦੁਨੀਆ ਦੇ ਵਿੱਚ, ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਿੰਘ ਸਾਹਿਬ ਜੀ, ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਸਿੰਘ ਸਾਹਿਬ ਜੀ, ਜਿਸ ਤਰ੍ਹਾਂ G20 ਸੰਮੇਲਨ ਹੋਇਆ ਸੀਗਾ ਆਪਣੇ ਭਾਰਤ ਵਿੱਚ ਜੀ, ਜੀ ਜੋ ਪ੍ਰਧਾਨ ਮੰਤਰੀ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿੱਚ ਗੱਲਬਾਤ ਹੋਈ, ਜੀ ਗੱਲਬਾਤ ਨੂੰ ਕਿਵੇਂ ਵੇਖਦੇ ਹੋ ਜੀ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ G20 ਹੋਇਆ, ਜੀ ਸਾਰੇ ਜੀ ਜਿੰਨੇ ਪ੍ਰਾਈਮ ਮਿਨਿਸਟਰ ਸੀ, ਉਹ ਥਾਂ ਥਾਂ ਹੀ ਚਲੇ ਗਏ। ਹਾਂ ਜੀ ਜਿਹੜੇ ਆਪਣਾ ਕੈਨੇਡਾ ਦੇ PM ਸੀ, ਪ੍ਰਧਾਨ ਮੰਤਰੀ, ਉਹ ਇੱਥੇ ਕੁਝ ਦਿਨ ਠਹਿਰੇ। ਦੱਸਿਆ ਜਾ ਰਿਹਾ ਕਿ ਉਹਨਾਂ ਦਾ ਜਹਾਜ਼ ਖਰਾਬ ਸੀਗਾ, ਹਾਂ ਜੀ ਤਾਂ ਇੱਥੇ ਬੈਠੇ ਉਹਨਾਂ ਨੇ ਗੱਲਬਾਤ ਜੋ ਉਹਨਾਂ ਦੀ, ਜਾਂ ਸਾਡੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਾਂ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਜੋ ਉਹਨਾਂ ਦੀ ਗੱਲਬਾਤ ਹੋਈ, ਕੀ ਹੋਇਆ ਕਿਨੇ ਹੋਇਆ, ਇਹ ਤਾਂ ਉਹੀ ਜਾਣਦੇ ਆ। ਸਿੰਘ ਸਾਹਿਬ ਜੀ, ਜਿਵੇਂ ਤੁਸੀਂ ਇਹ ਗੱਲ ਕਹੀ ਵੀ ਜਹਾਜ਼ ਖਰਾਬ ਹੋਇਆ ਸੀ, ਜਾਂ ਖਰਾਬ ਹੋਇਆ ਸੀ ਵਾਕਿਆ ਜਾਂ ਕਿਸੇ ਹੋਰ ਕਿਸੇ ਵਜ੍ਹਾ ਕਰਨੇ ਰੁਕੇ ਗਏ। ਉਹੀ ਤਾਂ ਉਹੀ ਦੱਸ ਸਕਦੇ, ਅਸੀਂ ਕਿਹੜੇ ਉੱਥੇ ਸੀਗੇ ਕਿ ਅਸੀਂ ਦੱਸ ਸਕੀਏ ਕਿ ਉੱਥੇ ਉਹ ਖਰਾਬ ਹੋਇਆ ਸੀ ਜਾਂ ਨਹੀਂ ਹੋਇਆ ਸੀਗਾ। ਪਰ ਜੋ ਮੀਡੀਆ ਦੇ ਵਿੱਚ ਖਬਰ ਨਸ਼ਰ ਹੋਈ, ਅਸੀਂ ਤਾਂ ਉਹੀ ਸਾਂਝੀ ਕਰ ਸਕਦੇ ਹਾਂ ਨਾ, ਜੀ 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 ਕਿ ਜੋ ਖਬਰ ਨਸ਼ਰ ਹੋਈ ਹੈ ਕਿ ਉਹਨਾਂ ਦਾ PM ਸਾਹਿਬ ਦਾ ਜਹਾਜ਼ ਖਰਾਬ ਸੀ, ਉਹ ਕੁਝ ਦਿਨ ਇੱਥੇ ਰੁਕੇ, ਇੰਡੀਆ ਗਵਰਨਮੈਂਟ ਨੇ ਸਾਡੇ ਉਹਨਾਂ ਨੂੰ ਜਹਾਜ਼ ਵੀ ਆਫਰ ਕੀਤਾ, ਜੀ ਪਰ ਜੀ ਉਹਨਾਂ ਨੇ ਕਹਿੰਦੇ ਵੀ ਜਹਾਜ਼ ਲੈਣ ਤੋਂ ਮਨਾ ਕਰ ਦਿੱਤਾ, ਤਾਂ ਉਹ ਹਾਂ ਕਹਿੰਦੇ ਜੀ ਨੇ ਕਿ ਆਪਣੇ ਤੇ ਜਾਵਾਂਗੇ, ਫਿਰ ਉਹ ਆਪਣਾ ਠੀਕ ਕਰਵਾ ਕੇ ਗਏ ਆ। ਹੁਣ ਇਸ ਜੀ ਦੌਰਾਨ ਉਹਨਾਂ ਦੀਆਂ ਕੀ ਗੱਲਾਂ ਬਾਤਾਂ ਹੋਈਆਂ ਅੰਦਰ ਦੀ, ਜੋ ਗੱਲਬਾਤ ਹੈ ਜਾਂ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਜਾਂ ਪ੍ਰਾਈਮ ਮਿਨਿਸਟਰ ਆਫ ਇੰਡੀਆ, ਉਹੀ ਜਾਣਦੇ ਨੇ। ਜੋ ਸਿੰਘ ਸਾਹਿਬ ਜੀ ਨਿਊਜ਼ ਤੇ ਆਪਾਂ ਸੁਣਦੇ ਹਾਂ ਜਾਂ ਨਿਊਜ਼ ਤੁਸੀਂ ਸੁਣੀ ਹੈਗੀ ਹੈ, ਉਸ ਦੀ ਗੱਲ ਕਰਦੇ ਸੀਗੇ ਜੀ। ਉਹੀ ਨਿਊਜ਼ ਦੀ ਮੈਂ ਗੱਲ ਕਰ ਰਿਹਾ ਕਿ ਜੋ ਉਹਨਾਂ ਦਾ ਜੋ ਗੱਲਬਾਤ ਹੋਈ ਆ, ਇਹ ਤਾਂ ਉਹੀ ਦੱਸ ਸਕਦੇ ਹਾਂ। ਪਰ ਜੋ ਨਿਊਜ਼ਾਂ ਦੇ ਵਿੱਚ ਆ ਰਿਹਾ, ਇਹ ਮੈਂ ਸਮਝਦਾ ਤਲਖੀ ਮਾੜੀ ਆ ਦੋਨਾਂ ਦੇਸ਼ਾਂ ਵਾਸਤੇ, ਮਾੜੀ ਆ ਕੈਨੇਡਾ ਵਾਸਤੇ ਵੀ, ਇੰਗਲੈਂਡ ਆਪਣਾ ਇੰਡੀਆ ਵਾਸਤੇ ਵੀ ਮਾੜੀ ਆ, ਤੇ ਸਾਡੇ ਖਾਸ ਕਰ ਇੱਥੇ ਵਾਸਤੇ ਵੀ ਮਾੜੀ ਆ, ਸਾਡੇ ਲੋਕਾਂ ਲਈ ਵੀ ਤੇ ਉਹਨਾਂ ਵਾਸਤੇ ਵੀ ਮਾੜੀ। ਜਿਸ ਤਰ੍ਹਾਂ ਦੇ ਹਾਲਾਤ ਬਣਦੇ, ਭਾਈਚਾਰਾ, ਪਿਆਰ ਤੇ ਸਤਿਕਾਰ ਚਾਹੀਦਾ, ਆਪਸ ਵਿੱਚ ਕਿਸੇ ਤਰ੍ਹਾਂ ਦੀ ਤਲਖੀ ਨਹੀਂ ਚਾਹੀਦੀ, ਨਾ ਕਿਸੇ ਦਾ ਨੁਕਸਾਨ ਹੋਵੇ, ਨਾ ਜਾਨੀ ਹੋਵੇ, ਨਾ ਮਾਲੀ ਹੋਵੇ। ਨਾ ਤਾਂ ਹੁਣ ਸਾਡੇ ਜਿਹੜੇ ਹਾਲਾਤ ਨੇ, ਤੁਹਾਨੂੰ ਪਤਾ ਕਿ ਨਾ ਤਾਂ ਹੁਣ ਇੰਡੀਆ ਦੇ ਅਸੀਂ ਵਾਸੀ ਆ, ਇਸ ਧਰਤੀ ਤੇ ਰਹਿੰਦੇ, ਇਸ ਧਰਤੀ ਦਾ ਬੁਰਾ ਕਿਵੇਂ ਸੋਚ ਸਕਦੇ ਆ। ਔਰ ਜਿਹੜੇ ਸਾਡੇ ਭੈਣ ਭਰਾ ਕੈਨੇਡਾ ਗਏ, ਅਸੀਂ ਕੈਨੇਡਾ ਦਾ ਵੀ ਬੁਰਾ ਨਹੀਂ ਸੋਚ ਸਕਦੇ, ਕਿਉਂਕਿ ਸਾਡੇ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਕੈਨੇਡਾ ਵਿੱਚ ਵੱਸਦੇ ਆ। ਜੀ ਜੀ ਸਾਡੇ ਹਾਂ ਹਾਂ ਜੀ ਹਾਂ ਜੀ ਖਾਸ ਕਰਕੇ ਪੰਜਾਬ ਦੇ ਪੰਜਾਬੀਆਂ ਦੀ ਸਭ ਤੋਂ ਜੇ ਵੱਧ ਪ੍ਰੈਫਰੈਂਸ ਹੈ ਕਿਤੇ ਜਾਣਾ, ਤਾਂ ਉਹ ਕੈਨੇਡਾ ਜਾਂਦੇ ਆ। ਜੀ ਜੀ ਬੱਚੇ ਵੀ ਪੜ੍ਹਨ ਵਾਸਤੇ ਜੇ ਕਿਸੇ ਹੋਰ ਕੰਟਰੀਆਂ ਨਾਲੋਂ ਕੈਨੇਡਾ ਜਾਂਦੇ ਆ, ਲੱਖਾਂ ਦੀ ਤਾਦਾਦ ਸਾਡੇ ਉੱਥੇ ਬੱਚੇ ਆ। ਤਾਂ ਜੀ ਮੈਂ ਜੀ ਇਹੀ ਸਮਝਦਾ ਕਿ ਨਾ ਕੈਨੇਡਾ ਬਿਨਾ ਸਰਦਾ, ਨਾ ਇੰਡੀਆ ਬਿਨਾ ਸਰਦਾ, ਦੋਨੇ ਜਗ੍ਹਾ ਤੇ ਸਾਡਾ ਵਾਸਾ। ਇਸ ਕਰਕੇ ਜਿਹੜੇ ਤਲਖੀ ਪੈਦਾ ਹੋਈ, ਇਹ ਖਤਮ ਹੋਣੀ ਚਾਹੀਦੀ ਆ, ਤੇ ਜਿਹੜਾ ਭਾਈਚਾਰਾ, ਪਿਆਰ, ਸਤਿਕਾਰ ਆ, ਪ੍ਰੇਮ ਆ, ਉਹ ਕਾਇਮ ਹੋਣਾ ਚਾਹੀਦਾ। ਸਿੰਘ ਸਾਹਿਬ ਜੀ, ਜਿਸ ਤਰ੍ਹਾਂ ਮੀਡੀਆ ਤੇ ਨਿਊਜ਼ ਆਉਂਦੀ ਹੈ, ਗੱਲਬਾਤ ਸੁਣਦੇ ਹਾਂ ਆਪਾਂ, ਅਗਲਾ ਸਵਾਲ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ, ਇਹ ਵੀ ਕਿਹਾ ਕਿ ਜੋ ਮੇਰੇ ਦੇਸ਼ ਵਿੱਚ ਸਿੱਖਾਂ ਦਾ ਕਤਲ ਹੋਇਆ ਉਸ ਵਿੱਚ ਭਾਰਤੀ ਏਜੰਸੀਆਂ ਦਾ ਵੱਡਾ ਹੱਥ ਹੈ, ਕਿਵੇਂ ਵੇਖਦੇ ਹੋ? ਇਹ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ, ਜੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਬੂਤ ਲੋਕਾਂ ਸਾਹਮਣੇ ਨਸਰ ਕਰਨੇ ਚਾਹੀਦੇ ਆ, ਇਸ ਤਰ੍ਹਾਂ ਦੀ ਗੱਲ ਹੋਈ ਆ ਤਾਂ ਮਾੜੀ ਗੱਲ ਆ। ਕਿਸੇ ਵੀ ਸਿੱਖ ਦਾ ਜਾਂ ਗੈਰ ਸਿੱਖ ਦਾ ਵੀ ਕਤਲ ਹੋਵੇ ਤੇ ਕਿਸੇ ਦੇਸ਼ ਦੀ ਏਜੰਸੀ ਦਾ ਹੱਥ ਹੋਵੇ ਉਹਦੇ ਵਿੱਚ, ਜੇ ਕੋਈ ਸਬੂਤ ਨੇ ਉਹ ਨਸਰ ਕਰਨੇ ਚਾਹੀਦੇ, ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਤਲ ਕਿਸੇ ਹਿੰਦੂ ਦਾ ਹੋਵੇ, ਸਿੱਖ ਦਾ ਹੋਵੇ, ਮੁਸਲਮਾਨ ਦਾ ਹੋਵੇ, ਕਿਸੇ ਦਾ ਵੀ ਹੋਵੇ, ਹੈ ਤਾਂ ਇਨਸਾਨੀਅਤ ਦਾ ਕਤਲ ਆ ਨਹੀਂ ਨਾ। ਸਿੰਘ ਸਾਹਿਬ ਜੀ, ਤੁਸੀਂ ਗੱਲ ਨੂੰ ਸਪਸ਼ਟ ਲੱਗਦਾ ਨਹੀਂ ਕਰ ਰਹੇ ਹੋ। ਜੀ ਦੱਸੋ ਕਿਹੜੀ ਸਪਸ਼ਟ ਚਾਹੁੰਦੇ ਤੁਸੀਂ?
ਸਪਸ਼ਟ ਮਤਲਬ ਕਿ ਜਿਸ ਤਰੀਕੇ ਦੇ ਨਾਲ ਸਿੱਖਾਂ ਦਾ ਕਤਲ ਹੋ ਰਿਹਾ ਪੂਰੇ ਵਰਲਡ ਦੇ ਜੀ ਵਿੱਚ, ਦੁਨੀਆ ਦੇ ਵਿੱਚ, ਸਿੱਖਾਂ ਦਾ ਤਾਂ ਸਾਡਾ ਇੱਥੇ ਇੰਡੀਆ ਦੇ ਵਿੱਚ ਇੰਨਾ ਕਤਲੇਆਮ ਹੋਇਆ, ਦੇਖੋ ਕਦੀ ਕਰਾਚੀ ਪਾਕਿਸਤਾਨ ਦਾ ਚ ਹੋ ਜਾਂਦਾ ਹੈ ਕਤਲੇਆਮ, 84 ਚ ਇੰਨਾ ਕਤਲੇਆਮ ਹੋਇਆ ਜਿਹਦਾ ਇਨਸਾਫ ਅੱਜ ਤੱਕ ਨਹੀਂ ਹੋਇਆ। ਸਾਡਾ ਦਿਲ ਜੀ ਦੁਖੀ ਹੁੰਦਾ ਕਿ ਆਪਣਾ ਸੱਜਣ ਕੁਮਾਰ ਫਿਰ ਬਰੀ ਕਰ ਦਿੱਤਾ, ਦੇਖੋ ਹਾਂਜੀ ਪਿਛਲੇ ਹਾਂਜੀ ਸਮੇਂ 'ਚ ਇੱਥੇ ਅੰਦਰ ਗਿਆ ਸੀਗਾ, ਹੁਣ ਫਿਰ ਦੁਬਾਰਾ ਉਹਨੂੰ ਬਰੀ ਕਰ ਦਿੱਤਾ, ਤਾਂ ਸਾਨੂੰ ਏਡਾ ਵੱਡਾ ਕਤਲੇਆਮ ਹੋਇਆ, ਉਹਦਾ ਇਨਸਾਫ ਨਹੀਂ ਮਿਲਿਆ, ਦੁੱਖ ਆ। ਜੇ ਉੱਥੇ ਸਿੱਖ ਦੇ ਕਤਲੇਆਮ ਦੇ ਵਿੱਚ ਕਿਸੇ ਸਾਡੇ ਦੇਸ਼ ਦੀ ਏਜੰਸੀ ਦਾ ਹੱਥ ਆ, ਤਾਂ ਉਹਨਾਂ ਨੂੰ ਸਬੂਤ ਦੇਣੇ ਚਾਹੀਦੇ ਆ, ਸਾਹਮਣੇ ਕਰਨਾ ਚਾਹੀਦਾ, ਔਰ ਇਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਆ। ਕਿਸੇ ਵੀ ਸਿੱਖ ਦਾ ਜਾਂ ਗੈਰ ਸਿੱਖ ਦਾ ਕਿਤੇ ਵੀ ਕਤਲ ਹੋਵੇ, ਤਾਂ ਅਸੀਂ ਉਹਦੀ ਨਿਖੇਧੀ ਕਰਦੇ ਹਾਂ, ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ, ਨਹੀਂ ਜੀ ਹੋਣਾ ਜੀ ਚਾਹੀਦਾ ਇਸ ਤਰ੍ਹਾਂ ਦਾ। ਤੇ ਸਿੰਘ ਸਾਹਿਬ ਜੀ, ਤੀਜਾ ਸਵਾਲ ਇਹਦੇ ਨਾਲ ਢੁਕਦਾ ਹੀ ਸਵਾਲ ਹੈਗਾ ਹੈ ਕਿ ਪਤਾ ਲੱਗਾ ਹੈ ਕਿ ਸਿੱਖਾਂ ਦੇ ਹੱਕ ਵਿੱਚ ਅਮਰੀਕਾ ਵੀ ਕੈਨੇਡਾ ਦੇ ਨਾਲ ਨਾਲ ਸਿੱਖ ਕੌਮ ਦੇ ਹੱਕ ਵਿੱਚ ਆ ਗਿਆ ਹੈ, ਕੀ ਕਹੋਗੇ ਜੀ? ਦੇਖੋ ਇਹ ਤਾਂ ਕਾਨੂੰਨ ਦੇ ਹੱਕ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਕਾਨੂੰਨੀ ਪ੍ਰਕਿਰਿਆ ਵਾ ਸਾਡੇ ਦੇਸ਼ ਦੇ ਵਿੱਚ, ਕੋਈ ਗੈਰ ਕਾਨੂੰਨੀ ਗੱਲ ਨਹੀਂ ਚੱਲਦੀ। ਜੀ ਕੈਨੇਡਾ ਨੇ ਜੇ ਕਾਨੂੰਨ ਦੀ ਗੱਲ, ਉਹਨਾਂ ਨੇ ਵੀ ਕਿਹਾ ਵੀ ਮੇਰੇ ਦੇਸ਼ ਵਿੱਚ ਕਾਨੂੰਨ ਦਾ ਮਸਲਾ ਵਾ, ਭਾਰਤ ਨਾਲ ਸਾਡੇ ਸੰਬੰਧ ਬਹੁਤ ਚੰਗੇ ਆ, ਪਰ ਜੇ ਕਾਨੂੰਨ ਦੀ ਕਿਤੇ ਅਣਦੇਖੀ ਹੋਈ ਆ, ਗੈਰ ਕਾਨੂੰਨੀ ਗੱਲ ਹੋਈ ਆ, ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ, ਤਾਂ ਉਹਦੇ ਵਿੱਚ ਕਾਨੂੰਨ ਦੀ ਵਿਚਾਰਧਾਰਾ 'ਚ ਆਸਟ੍ਰੇਲੀਆ, ਅਮਰੀਕਾ, ਉਹਨਾਂ ਸਾਰਿਆਂ ਨੇ ਹਾਮੀ ਭਰੀ ਆ। ਜੀ ਤਾਂ ਜੀ ਮੈਂ ਸਮਝਦਾ ਕਾਨੂੰਨ ਦੀ ਗੱਲ ਸਾਰਿਆਂ ਨੂੰ, ਸਾਰੇ ਜਿੱਦਾਂ ਸਾਡੇ ਦੇਸ਼ 'ਚ ਵੀ ਸੰਵਿਧਾਨ ਦੀ ਸਹੁੰ ਖਾਧੀ ਜਾਂਦੀ, ਕਾਨੂੰਨ ਦੀ ਪਾਲਣਾ ਕਰਦੀ, ਹਾਂਜੀ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਸਭ ਨੂੰ, ਚਾਹੇ ਉਹ ਹਾਂਜੀ ਇੰਡੀਆ, ਚਾਹੇ ਕੈਨੇਡਾ, ਚਾਹੇ ਅਮਰੀਕਾ ਆ। ਕਾਨੂੰਨ ਦੀ ਪਾਲਣਾ ਕਰਨ ਵਾਸਤੇ ਸਾਰਿਆਂ ਨੂੰ, ਜਿਹੜੀ ਸੰਵਿਧਾਨ ਦੀਆਂ ਕਾਨੂੰਨ ਦੀਆਂ ਸਹੁੰਾਂ ਖਾਂਦੇ ਆ, ਸਭ ਨੂੰ ਉਹਦੇ ਤੇ ਪਹਿਰਾ ਦੇਣਾ ਚਾਹੀਦਾ। ਜੇ ਹਾਂਜੀ ਕੈਨੇਡਾ ਵੀ ਆ, ਕੈਨੇਡਾ ਪਹਿਰਾ ਦੇ, ਅਮਰੀਕਾ ਉਹ ਵੀ ਪਹਿਰਾ ਦੇ, ਤੇ ਜਿਹੜਾ ਇੰਡੀਆ ਉਹਨੂੰ ਵੀ ਪਹਿਰਾ ਦੇਣਾ ਚਾਹੀਦਾ। ਅਸੀਂ ਤਾਂ ਕਾਨੂੰਨ ਦੇ ਹੱਕ ਵਿੱਚ ਆ, ਗੈਰ ਕਾਨੂੰਨੀ ਗੱਲ ਬਿਲਕੁਲ ਨਹੀਂ ਹੋਣੀ ਚਾਹੀਦੀ। ਔਰ ਜੇ ਜੀ ਕੋਈ ਕਾਨੂੰਨ ਦਾ ਸਮਰਥਨ ਕਰਦਾ ਵਾ, ਤੇ ਗੈਰ ਮਨੁੱਖੀ ਕਤਲੇਆਮ ਜਿਵੇਂ ਸਿੱਖ ਜੀਨੋਸਾਈਡ ਪਹਿਲਾਂ ਹੋਈ ਆ, ਕਤਲੇਆਮ ਹੋਇਆ, ਜੇ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਆ, ਜੇ ਉਹਦੇ ਖਿਲਾਫ ਕੋਈ ਖੜਦਾ, ਤੇ ਉਹਨੂੰ ਐਪਰੀਸ਼ੀਏਟ ਕਰਦੇ ਆ। ਜੀ ਜੀ ਤੇ ਸਿੰਘ ਸਾਹਿਬ ਜੀ, ਅਗਲਾ ਸਵਾਲ ਹੈ, ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਸੁਰ ਦੇ ਵਿੱਚ ਨਾਲ ਸੁਰ ਮਿਲਾ ਰਹੇ ਸੀ, ਉਹ ਵੀ ਕਿਵੇਂ ਵੇਖਦੇ ਹੋ ਸਿੰਘ ਸਾਹਿਬ ਦੇਖੋ, ਜੀ? ਜੇ ਉੱਥੇ ਕਾਨੂੰਨ ਦੀ ਗੱਲ ਹੋਊਗੀ, ਉੱਥੇ ਸਾਰਿਆਂ ਨੂੰ ਜਿਹੜੇ ਕਾਨੂੰਨ ਪ੍ਰਸਤ ਬੰਦੇ ਆ, ਉਹਨਾਂ ਨੂੰ ਸੁਰ ਮਿਲਾਉਣੀ ਪਊ। ਜਿੱਥੇ ਗੈਰ ਕਾਨੂੰਨੀ ਹੋਊਗੀ, ਉੱਥੇ ਅਸੀਂ ਕੋਈ ਵੀ ਸੁਰ ਨਹੀਂ ਮਿਲਾਊਗਾ, ਚਾਹੇ ਗੱਲ ਇੰਡੀਆ ਦੀ ਹੋਵੇ, ਚਾਹੇ ਕੈਨੇਡਾ ਦੀ ਹੋਵੇ। ਜਿੱਥੇ ਜੀ ਕਾਨੂੰਨ ਦੀ ਗੱਲ ਆ, ਉੱਥੇ ਤਾਂ ਸਾਰਿਆਂ ਨੂੰ, ਚਾਹੇ ਸਿੱਖ ਆ ਚਾਹੇ ਗੈਰ ਸਿੱਖ ਆ, ਹਰੇਕ ਨੂੰ ਹੀ ਸੁਰ ਮਿਲਾਉਣੀ ਪਊ ਉੱਥੇ ਤਾਂ। ਜੀ 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 ਤੇ ਸਿੰਘ ਸਾਹਿਬ ਜੀ, ਅਗਲਾ ਸਵਾਲ ਹੈਗਾ ਵੀ 84 ਦੇ ਕਤਲੇਆਮ ਦੇ ਜਿਹੜੇ ਮੁੱਖ ਦੋਸ਼ੀ ਸੱਜਣ ਕੁਮਾਰ, ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ, ਤੇ ਦਿੱਲੀ ਦੀ ਅਦਾਲਤ ਨੇ 6 ਮੁੱਖ ਦੋਸ਼ਾਂ ਵਿੱਚੋਂ ਬਰੀ ਕਰ ਦਿੱਤਾ ਹੈ, ਤੇ ਕਿਵੇਂ ਵੇਖਦੇ ਹੋ ਸਿੰਘ ਸਾਹਿਬ? ਬਹੁਤ ਮੰਦਭਾਗੀ ਗੱਲ ਆ ਜੀ। ਦੇਖੋ ਫਿਰ ਦੱਸੋ, ਹਵਾ ਚੋਂ ਗੋਲੀਆਂ ਵੱਜੀਆਂ ਜਾਂ ਹਵਾ ਚੋਂ ਆ ਕੇ ਕਿਸੇ ਨੇ ਉੱਥੇ ਤੇਲ ਛਿੜਕ ਕੇ ਗਲਾਂ 'ਚ ਟਾਇਰ ਪਾ ਕੇ ਸਾੜਿਆ, ਕੌਣ ਲੋਕ ਸੀਗੇ ਉਹ ਜਿਨ੍ਹਾਂ ਨੇ ਹਾਂਜੀ ਕਤਲੇਆਮ ਕੀਤਾ? ਪਿਛਲੇ ਸਮੇਂ ਆਸ ਵੱਜੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਲੱਗੀਆਂ ਨੇ, ਸੱਜਣ ਕੁਮਾਰ ਅੰਦਰ ਗਿਆ, ਜੀ ਪਰ ਹੁਣ ਜੀ ਫਿਰ ਉਹਨਾਂ ਦੀ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੇ ਵਿੱਚ ਹੀ ਉਹਨਾਂ ਨੂੰ ਬਰੀ ਕਰ ਦੇਣਾ, ਉਹਨਾਂ ਮੁੱਦਿਆਂ ਚੋਂ ਇਹ ਬੜਾ ਦੁਖਦਾਈ ਗੱਲ ਹੈ। ਇਸ ਗੱਲ ਦੀ ਅਸੀਂ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ, ਔਰ ਪ੍ਰਧਾਨ ਮੰਤਰੀ ਚਾਹੇ ਹੋਮ ਮਿਨਿਸਟਰ, ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੇ ਦੋਸ਼ੀ ਨੇ ਜੇ ਇਸੇ ਤਰ੍ਹਾਂ ਦੰਦ ਲਾਉਂਦੇ ਰਹਿਣਗੇ, ਤਾਂ ਫਿਰ ਇਨਸਾਨੀਅਤ ਇੱਥੇ ਮਹਿਫੂਜ਼ ਕਿਵੇਂ ਕਰੂਗੀ, ਜਾਂ ਘੱਟ ਗਿਣਤੀਆਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਸਮਝਣਗੀਆਂ? ਸੋ ਇਸ ਕਾਰਨ ਕਰਕੇ ਜਿਹੜਾ ਕਤਲੇਆਮ ਹੋਇਆ ਵਾ, ਉਹਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ, ਉਹਨਾਂ ਨੂੰ ਬਰੀ ਨਹੀਂ ਕਰਨਾ ਚਾਹੀਦਾ। ਇਨਸਾਫ਼ ਜਦੋਂ ਬੇਇਨਸਾਫ਼ੀ ਹੁੰਦੀ ਆ, ਤਾਂ ਫੇਰ ਹੀ ਬੇਗਾਨਗੀ ਦੀਆਂ ਗੱਲਾਂ ਉੱਠਦੀਆਂ ਨੇ। ਭਾਰਤ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਡਾ ਯੋਗਦਾਨ ਅਸੀਂ ਸਿੱਖਾਂ ਨੇ ਪਾਇਆ, ਸਭ ਤੋਂ ਵੱਧ ਤਬਾਹੀ ਝੱਲੀ ਆ, ਸਾਡੇ ਪੰਜਾਬ ਦੇ ਦੋ ਟੋਟੇ ਹੋਏ ਆ, ਲੱਖਾਂ ਸ਼ਹਾਦਤਾਂ ਹੋਈਆਂ ਨੇ, ਫਾਂਸੀਆਂ, ਕਾਲੇ ਪਾਣੀ, ਸਾਰਾ ਕੁਝ ਅਸੀਂ ਦੇਖਿਆ। ਹਾਂਜੀ ਤੇ ਜੇ ਭਾਰਤ ਦੇ ਵਿੱਚ ਸਾਡੇ ਹੀ ਸਿੱਖਾਂ ਦਾ ਕਤਲੇਆਮ ਹੋਵੇ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ, ਤੇ ਇਦੋਂ ਵੱਧ ਮੈਂ ਸਮਝਦਾ ਮੰਦਭਾਗੀ ਗੱਲ ਕੋਈ ਨਹੀਂ ਹੋ ਸਕਦੀ, ਤੇ ਦੇਸ਼ ਦੇ ਮੱਥੇ ਤੇ ਕਲੰਕ ਇਦੋਂ ਵੱਡਾ ਕੋਈ ਨਹੀਂ ਹੋ ਸਕਦਾ। ਤੇ ਇਹਨੂੰ ਧੋਣ ਵਾਸਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਹੋਮ ਮਿਨਿਸਟਰ ਨੂੰ, ਸਾਰਿਆਂ ਨੂੰ ਜਿਹੜੇ ਕਾਨੂੰਨ ਦੇ ਰਖਵਾਲੇ ਆ, ਜਿਹੜੇ ਦੇਸ਼ ਨੂੰ ਰਨ ਕਰ ਰਹੇ ਆ, ਉਹਨਾਂ ਦਾ ਫਰਜ਼ ਬਣਦਾ ਕਿ ਉਹ ਇਨਸਾਫ਼ ਦੇਣ ਤੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਏ, ਕਿਸੇ ਵੀ ਬੇਗੁਨਾਹ ਨੂੰ ਨੁਕਸਾਨ ਨਾ ਹੋਵੇ ਤੇ ਗੁਨਾਹਗਾਰ ਬਖਸ਼ਿਆ ਨਾ ਜਾਏ, ਚਾਹੇ ਕੋਈ ਵੀ ਹੋਵੇ। ਜੀ ਜੀ ਤੇ ਸਿੰਘ ਸਾਹਿਬ ਜੀ, ਸੁਣਨ ਦੇ ਵਿੱਚ ਆਇਆ ਹੈ ਕਿ ਵੀ ਸਰਸੇਵਾਲਾ ਸਾਧ ਗੁਰਮੀਤ ਰਾਮ ਰਹੀਮ ਪਰਸੋਂ ਤੋਂ ਬੇਲ ਵਿੱਤੇ ਆਇਆ ਹੈ, ਤੁਹਾਨੂੰ ਪਤਾ ਲੱਗਿਆ ਹੋਣਾ?
ਦੇਖੋ ਉਹਦੀ ਜਦੋਂ ਸਭ ਤੋਂ ਪਹਿਲੀ ਬੇਲ ਹੋਈ ਸੀ, ਮੈਂ ਉਦੋਂ ਮੁੱਖ ਸੇਵਾਦਾਰ ਹਰਿਆਣਾ ਕਮੇਟੀ ਦਾ ਐਗਜੈਕਟਿਵ ਦਾ ਮਤਾ ਪਾਸ ਕਰਕੇ ਮੁੱਖ ਮੰਤਰੀ ਹਰਿਆਣਾ ਨਾਲ ਮੁਲਾਕਾਤ ਕਰਕੇ ਆਪਣਾ ਰੋਸ ਪੱਤਰ ਦਿੱਤਾ, ਮੰਗ ਪੱਤਰ ਹਾਂਜੀ ਦਿੱਤਾ ਉਹਦੇ ਵਿਰੋਧ ਵਿੱਚ। ਜੀ ਤੇ ਅੱਜ ਤੱਕ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਕਿ ਜਿਹੜਾ ਬੰਦਾ ਕਾਤਲ ਤੇ ਕੁਕਰਮੀ ਆ, ਜਿਹਨੇ ਆਪਦੇ ਪੈਰੋਕਾਰਾਂ ਦੇ ਕਤਲ ਕੀਤੇ, ਕੁਕਰਮ ਕੀਤੇ, ਗੁਰੂ ਸਾਹਿਬ ਦਾ ਸਵਾਂਗ ਰਚਿਆ, ਭੜਕਾਇਆ ਉਹਨੇ ਇੱਥੇ ਲੋਕਾਂ ਨੂੰ, ਕਿੰਨਾ ਕਤਲੇਆਮ ਹੋਇਆ ਉਹਦੇ ਕਰਕੇ, 40 ਕੀਮਤੀ ਜਾਨਾਂ ਪੰਚਕੂਲੇ ਗਈਆਂ, 10 ਸਰਸੇ ਗਈਆਂ, 4 ਸਿੱਖਾਂ ਦਾ ਕਤਲ ਹੋਇਆ, ਜੀ ਇਹੋ ਜਿਹਾ ਜਿਹੜਾ ਹਾਰਡਕੋਰ ਕ੍ਰਿਮੀਨਲ ਆਦਮੀ ਹੈ ਇਹਨੂੰ ਬਿਲਕੁਲ ਬੇਲ ਜਿਹੜੀ ਉਹ ਨਹੀਂ ਦੇਣੀ ਸਿੰਘ ਚਾਹੀਦੀ। ਸਾਹਿਬ, ਜਿਸ ਤਰ੍ਹਾਂ ਜਗਜੀਤ ਸਿੰਘ ਜੱਜ ਸਾਹਿਬ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਸਜ਼ਾ ਸੁਣਾਈ ਹੈ, ਜਗਦੀਪ ਡਬਲ, ਸਿੰਘ। ਸੋਰੀ ਜਗਦੀਪ ਸਿੰਘ, ਤੇ ਉਹ ਡਬਲ ਡਬਲ ਸਜ਼ਾ ਸੁਣਾਈ ਇਹਨਾਂ ਨੂੰ, ਤੇ ਉਹ ਫਿਰ ਕਾਨੂੰਨ ਦੀਆਂ ਧੱਜੀਆਂ ਹੀ ਡਾਈਆਂ ਜਾ ਰਹੀਆਂ ਹੈਗੀਆਂ। ਦੇਖੋ ਜਿਹੜਾ ਇੱਕ ਟੈਕਨੀਕਲ ਉਹਦੇ ਵਿੱਚ ਦੱਸਦੇ, ਮੇਰੀ ਵੱਡੇ ਵਕੀਲਾਂ ਨਾਲ ਗੱਲਬਾਤ ਹੋਈ ਹੈ ਕਿ ਜਿਹੜੀ ਜੀ ਸਜ਼ਾ ਸੁਣਾਈ ਹੈ ਨਾ, ਜੀ ਉਹ ਜੀ ਸਾਰੀ ਸਜ਼ਾ ਇਕੱਠੀ ਨਹੀਂ ਹੈ। 10-10 ਸਾਲ ਦੀ ਜਿਹੜੀ ਉਹਨਾਂ ਨੇ ਕੁਕਰਮਾਂ ਦੀ ਸਜ਼ਾ ਸੁਣਾਈ ਸੀਗੀ, ਉਹ ਦਸ ਹਾਂਜੀ ਸਾਲ ਵੱਖਰੀ ਆ, ਫਿਰ ਉਦੋਂ ਬਾਅਦ ਉਮਰ ਕੈਦ, ਫਿਰ ਉਮਰ ਕੈਦ, ਤੇ ਹਾਂਜੀ ਸਾਰੀ ਜੇਕਰ ਇਕੱਠੀ ਸਜ਼ਾ ਚੱਲੇ, ਸਾਰੀ ਜਿਹੜੀ ਆ ਉਹ ਕਨਕਲੂਡ ਕਰ ਦਿੱਤੀ ਜਾਵੇ, ਤਾਂ ਫੇਰ ਤਾਂ ਉਹਦੀ ਬੇਲ ਜਿਹੜੀ ਆ ਬਿਲਕੁਲ, ਜਿਹੜੀ ਜ਼ਮਾਨਤ ਜਾਂ ਪਰੋਲ ਆ ਇਹ ਬਿਲਕੁਲ ਹੀ ਨਹੀਂ ਹੁੰਦੀ। ਪਰ ਇਹ ਜਿਹੜੀਆਂ ਸਜ਼ਾਵਾਂ ਨੇ, ਉਹਨਾਂ ਨੇ ਦੱਸਿਆ ਕਿ ਅਜੇ ਉਸ ਪਹਿਲੇ 10 ਸਾਲ ਦੇ ਕੁਕਰਮ ਦੀ ਸਜ਼ਾ ਭੁਗਤ ਰਿਹਾ, ਬਾਕੀ ਸਾਰੀਆਂ ਪੈਂਡਿੰਗ ਪਈਆਂ ਨੇ। ਜੀ ਜਦੋਂ ਜੇ ਤਾਂ ਸਾਰੀਆਂ ਇਕੱਠੀਆਂ ਕਰ ਦੇਣ, ਫਿਰ ਤਾਂ ਪਰੋਲ ਦਾ ਮਤਲਬ ਹੀ ਨਹੀਂ ਆ। ਹਾਂਜੀ ਤੇ ਪਰ ਇਹ ਜਿਹੜੀਆਂ ਵੱਖੋ ਵੱਖਰੀਆਂ ਚੱਲਣ ਕਰਕੇ ਜਿਹੜਾ ਹੈਗਾ, ਉਹ ਇਸ ਟੈਕਨੀਕਲ ਜਿਹੜਾ ਹੈਗਾ ਪੁਆਇੰਟ ਉਹਦਾ ਉਹ ਲਾਹਾ ਲੈ ਜਾਂਦਾ ਤੇ ਪਰੋਲ ਤੇ ਆ ਜਾਂਦਾ। ਜੀ ਤੇ ਸਿੰਘ ਸਾਹਿਬ ਜੀ, ਜਿਸ ਤਰ੍ਹਾਂ ਬੰਦੀ ਸਿੰਘ 32-32 ਸਾਲ ਤੋਂ ਅੰਦਰ ਹੈਗੇ ਨੇ, ਜਗਤਾਰ ਸਿੰਘ ਹਵਾਰਾ ਜਾਂ ਹੋਰ ਹੈਗੇ ਨੇ ਸਿੰਘ, ਉਹਨਾਂ ਦੇ ਵਾਸਤੇ ਇਹੋ ਜਿਹਾ ਕਾਨੂੰਨ ਕੋਈ ਨਹੀਂ ਹੈਗਾ ਉਹਨਾਂ ਦਾ ਪੈਰੋਲ ਦੇਣ ਵਾਸਤੇ? ਦੇਖੋ ਇਹ ਬਹੁਤ ਹੀ ਮੰਦਭਾਗੀ ਗੱਲ ਹੈ, ਇਹੀ ਅਸੀਂ ਕਹਿੰਦੇ ਨਾ ਕਾਨੂੰਨ ਦੇ ਦੋਹਰੇ ਮਾਪਦੰਡ ਬਣਾਏ ਜਾਂਦੇ। ਉਹਦੇ ਵਾਸਤੇ ਅੰਬ ਸਾਹਿਬ ਮੋਰਚਾ ਲੱਗਾ, ਹਸਨਪੁਰ ਲੱਗਾ, ਬਰਗਾੜੀ ਮੋਰਚਾ ਲੱਗਾ, ਹੁਣ ਕੌਮੀ ਇਨਸਾਫ ਮੋਰਚਾ ਚੱਲ ਰਿਹਾ। ਜੀ ਕੁਝ ਸਿੰਘਾਂ ਦੀਆਂ ਪਰੋਲਾਂ ਤੈਅ ਹੋਈਆਂ, ਜਿਵੇਂ ਹੁਣ ਦਵਿੰਦਰਪਾਲ ਸਿੰਘ ਭੁੱਲਰ ਵੀ 4 ਹਫ਼ਤਿਆਂ ਵਾਸਤੇ, 8 ਹਫ਼ਤਿਆਂ ਆਏ। ਲਈ ਬਾਹਰ ਆਏ ਆ। ਹਾਂਜੀ ਸੋ ਇਸ ਤਰੀਕੇ ਨਾਲ ਪੈਰੋਲਾਂ ਜਿਹੜੀਆਂ ਨੇ ਹੁਣ ਮਿਲੀਆਂ, ਪਹਿਲਾਂ ਤਾਂ ਮਿਲੀਆਂ ਹੀ ਨਹੀਂ ਸੀ, ਪਰ ਇਹਨਾਂ ਦੀਆਂ ਰਿਹਾਈਆਂ ਬਣਦੀਆਂ ਨੇ, ਪੈਰੋਲਾਂ ਨਹੀਂ ਰਿਹਾਈਆਂ ਬਣਦੀਆਂ ਨੇ। ਪਰ ਹਾਂਜੀ ਸਾਡੇ ਯਤਨ ਜਾਰੀ ਆ, ਕੋਸ਼ਿਸ਼ ਆ ਕਿ ਇਹਨਾਂ ਦੀਆਂ ਜਿਹੜੀਆਂ ਪੱਕੀਆਂ ਰਿਹਾਈਆਂ ਹੋਣ। ਜਿਹੜਾ ਹੁਣ ਤੱਕ ਹੋਇਆ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਆ, ਇਹ ਜਿਹੜਾ ਹੈਗਾ ਸਾਡੇ ਨਾਲ ਜਿਹੜਾ ਹੈ ਕਾਨੂੰਨ ਦੇ ਦੋਹਰੇ ਮਾਪਦੰਡ ਅਪਣਾਏ ਗਏ ਆ ਹੁਣ ਤੱਕ, ਤਾਂ ਕਰਕੇ ਸਾਡੇ ਬੰਦੀ ਸਿੰਘ ਇਹਨਾਂ ਨੇ ਰਿਹਾ ਨਹੀਂ ਕੀਤੇ। ਜਦੋਂ ਕਿ ਜੀ ਬੰਦੀ ਸਿੰਘ ਜਿਹੜੇ ਆ ਕੋਈ ਅਪਰਾਧਕ ਪਿਛੋਕੜ ਦੇ ਨਹੀਂ ਆ, ਕ੍ਰਿਮੀਨਲ ਬੈਕਗ੍ਰਾਉਂਡ ਦੇ ਨਹੀਂ ਆ, ਜੀ ਉਹ ਤਾਂ ਜਦੋਂ ਸਾਡੇ ਧਰਮ ਤੇ ਹਮਲਾ ਹੋਇਆ, ਅਕਾਲ ਤਖਤ ਤੇ ਤੋਪਾਂ ਦੇ ਟੈਂਕਾਂ ਨਾਲ ਹਮਲਾ ਕਰਤਾ, ਬੇਕਸੂਰ ਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ, ਤਾਂ ਜੀ ਉਦੋਂ ਉਹਨਾਂ ਦੇ ਜਬੇ ਬਾਣ ਲੱਗ ਗਏ, ਤਬੇ ਰੋਸ ਜਾ ਕੇ, ਤਾਂ ਜੀ ਉਹਨਾਂ ਨੇ ਜਿਹੜਾ ਸੀਗੇ ਹੱਥ ਹਥਿਆਰਾਂ ਤੇ ਗਏ ਤੇ ਉਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਤੇ ਇਨਸਾਫ ਲਿਆ ਜਦੋਂ ਇਨਸਾਫ ਮਿਲ ਨਹੀਂ ਸੀ ਰਿਹਾ। ਤੇ ਹਾਂਜੀ ਇਸ ਕਾਰਨ ਕਰਕੇ ਉਹਨਾਂ ਦੀਆਂ ਰਿਹਾਈਆਂ ਤੁਰੰਤ ਬਣਦੀਆਂ ਨੇ, ਉਹ ਰਿਹਾਈਆਂ ਕਰਨੀਆਂ ਚਾਹੀਦੀਆਂ, ਨਾ ਕਿ ਪੈਰੋਲਾਂ। ਜੀ ਸਿੰਘ ਸਾਹਿਬ ਜੀ, ਅਖੀਰਲਾ ਸਵਾਲ ਹੈ ਕਿ ਸਿੱਖ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ? ਦੇਖੋ ਸਿੱਖ ਕੌਮ ਬਹੁਤ ਸਿਆਣੀ ਆ, ਬੜੀਆਂ ਅਸੀਂ ਕਹਿੰਦੇ ਹੁੰਦੇ ਆ ਵੀ ਅਗਲ ਬਦਾਮ ਖਾ ਕੇ ਨਹੀਂ ਧੱਕੇ ਖਾ ਕੇ ਆਉਂਦੀ ਆ। ਜੀ ਅਸੀਂ ਬਹੁਤ ਧੱਕੇ ਖਾਧੇ ਆ, 1947 ਤੋਂ ਲੈ 1947, 84, 78 ਹਾਂਜੀ ਸਾਰਾ ਕੁਝ ਸਾਡੇ ਨਾਲ ਵਾਪਰਿਆ ਵਾ। ਹਾਂਜੀ ਸੋ ਇਸ ਕਰਕੇ ਕੌਮ ਹੁਣ ਬਹੁਤ ਸਿਆਣੀ ਹੋ ਚੁੱਕੀ ਆ, ਤੇ ਸਿਆਣਪ ਤੋਂ ਕੰਮ ਲੈਂਦੇ ਸਾਨੂੰ ਏਕਤਾ ਇਕਮੁੱਠਤਾ ਦੇ ਨਾਲ ਜਿਹੜਾ ਹੈਗਾ, ਬੜੀ ਸੋਚ ਸਮਝ ਕੇ, ਹੋਸ਼ ਦੇ ਜੋਸ਼ ਦੇ ਨਾਲ, ਹੋਸ਼ ਵੀ ਕਾਇਮ ਕਰਨਾ, ਹੋਸ਼ ਨਾਲ ਜੋਸ਼ ਵੀ, ਸਾਰੇ ਭਗਤੀ ਦੇ ਜੀ ਸ਼ਕਤੀ, ਸੰਤ ਤੇ ਸਿਪਾਹੀ, ਮਾਲਾ ਤੇ ਤਲਵਾਰ, ਮੀਰੀ ਤੇ ਪੀਰੀ, ਜੋ ਹਾਂਜੀ ਸਤਿਗੁਰ ਨੇ ਦਿੱਤੀ ਹੈ ਸਾਨੂੰ, ਸਾਰਿਆਂ ਨੂੰ ਮੱਦੇ ਨਜ਼ਰ ਰੱਖ ਕੇ ਸਾਨੂੰ ਜਿਹੜਾ ਹੈਗਾ ਚੱਲਣਾ ਚਾਹੀਦਾ, ਤਾਂ ਹੀ ਖਾਲਸੇ ਕੇ ਬੋਲਬਾਲੇ ਜੀ ਹੋਣਗੇ। ਜੀ ਬਲਜੀਤ ਸਿੰਘ ਦਾਦੂਵਾਲ ਸਾਹਿਬ, ਲੋਕਾਂ ਦੀ ਆਵਾਜ਼ ਟੀਵੀ ਨੂੰ ਸਮਾਂ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਧੰਨਵਾਦ ਜੀ, ਤੁਹਾਡਾ ਵੀ ਤੇ ਸਾਰੇ ਸਰੋਤਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ।